ਬੋਲੋ ਜੀ ਸਤਨਾਮ ਗੁਰੂ ਦੇਵ ਜੀ। ਕਥਾ ਨਾਮ ਨਾ ਪਲ ਸੁਨੇ, ਕਹਿ ਕਰ ਕੋ ਚਲੀਏ ਪਾਈ। ਕਥਾ ਨਾਮ ਨਾ ਪਲ ਸੁਨੇ, ਕਹਿ ਕਰ ਕੋ ਚਲੀਏ ਪਾਈ। ਘਰ ਘਰ ਕਰਦਿਆਂ ਉਮਰ ਗਈ, ਇਸ ਘਰ ਚੋਂ ਮਿਲੀ ਨਹੀਂ ਰਾਈ। ਇਸ ਘਰ ਦੇ ਕਾਰਨੇ ਇਸ ਘਰ ਦੇ ਕਾਰਨੇ ਕਮਾਏ ਸੀ ਬਹੁਤੇ ਦਾਨ, ਸੂਈ ਚੱਕਣੀ ਨਾ ਮਿਲੀ, ਬੈਠੇ ਹੋਏ ਗੁਲਾਮ। ਮੂਰਖ ਮਨਾ ਆਉਣਾ ਕਾਲ ਕਾ ਬੇਲਾ ਸਮਝ ਲੈ, ਮੂਰਖ ਮਨਾ ਮੂਰਖ ਮਨਾ ਆਉਣਾ ਕਾਲ ਕਾ ਬੇਲਾ ਸਮਝ ਲੈ, ਮੂਰਖ ਮਨਾ ਮੂਰਖ ਮਨਾ ਆਉਣਾ ਕਾਲ ਕਾ ਬੇਲਾ ਸਮਝ ਲੈ, ਮੂਰਖ ਮਨਾ ਮੂਰਖ ਮਨਾ ਆਉਣਾ ਕਾਲ ਕਾ ਬੇਲਾ ਸਮਝ ਲੈ, ਮੂਰਖ ਮਨਾ। ਸੰਗ ਜਾਵੇ ਤਾਂ ਹਮ ਤੀ ਚਲਨਾ, ਸੰਗ ਜਾਵੇ ਤਾਂ ਸੰਗ ਜਾਵੇ ਤਾਂ ਹਮ ਤੀ ਚਲਨਾ, ਸੰਗ ਜਾਵੇ ਤਾਂ ਹਮ ਤੀ ਚਲ, ਸੰਗ ਜਾਵੇ ਤਾਂ ਹਮ ਵੀ ਚਲਨਾ। ਜਾਣਾ ਏ ਨਿਜ ਅਕੇਲਾ ਸਮਝ ਲੈ, ਮੂਰਖ ਮਨਾ ਮੂਰਖ ਮਨਾ ਆਉਣਾ ਏ ਕਾਲ ਕਾ ਵੇਲਾ ਸਮਝ ਲੈ, ਮੂਰਖ ਮਨਾ ਮੂਰਖ ਮਨਾ ਆਉਣਾ ਕਾਲ ਕਾ ਵੇਲਾ ਸਮਝ ਲੈ, ਮੂਰਖ ਮਨਾ ਮੂਰਖ ਮਨਾ ਆਉਣਾ ਕਾਲ ਕਾ ਵੇਲਾ। ਪਾਪ ਦੀ ਮਾਇਆ ਇਕੱਠੀ ਕਰ ਲਈ, ਪਾਪ ਦੀ ਮਾਇਆ ਇਕੱਠੀ ਕਰ, ਪਾਪ ਦੀ ਮਾਇਆ ਇਕੱਠੀ ਕਰ ਲਈ, ਪਾਪ ਦੀ ਮਾਇਆ ਇਕੱਠੀ ਕਰ ਲਈ। ਸੰਗ ਨਾ ਜਾਣਾ ਧੇਲਾ ਸਮਝ ਲੈ, ਮੂਰਖ ਮਨਾ ਮੂਰਖ ਮਨਾ ਆਉਣਾ ਕਾਲ ਕਾ ਵੇਲਾ ਸਮਝ ਲੈ, ਮੂਰਖ ਮਨਾ ਮੂਰਖ ਮਨਾ ਆਉਣਾ ਕਾਲ ਕਾ ਵੇਲਾ ਸਮਝ ਲੈ, ਮੂਰਖ ਮਨਾ। ਬਿਨਾ
ਜਮਾਇਆ ਤੈਨੂੰ ਖਿੱਚਣਾ, ਨਾਮ ਦੇ ਨਾਂ ਜਮਾਇਆ ਤੈਨੂੰ ਖਿੱਚਣਾ। ਨਾਮ ਬਿਨਾ ਜਮਾਇਆ ਤੈਨੂੰ ਖਿੱਚਣਾ, ਨਾਮ ਬਿਨਾ ਜਮਾਇਆ ਤੈਨੂੰ ਖਿੱਚਣਾ। ਜਿਉਂ ਹੱਥ ਕਸਾਈ ਲੇਲਾ ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਏ ਕਾਲ ਕਾ ਬੇਲਾ, ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਏ ਕਾਲ ਕਾ ਬੇਲਾ, ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਏ ਕਾਲ ਕਾ ਬੇਲਾ, ਸਮਝ ਲੈ ਮੂਰਖ। ਤਨ ਤੇਰਾ ਐਂ ਜਲ ਜਾਣਾ, ਇਹ ਤਨ ਤੇਰਾ ਐਂ ਜਲ ਜਾਣਾ। ਇਹ ਤਨ ਤੇਰਾ ਐਂ ਜਲ ਜਾਣਾ, ਇਹ ਤਨ ਤੇਰਾ ਐਂ ਜਲ ਜਾਣਾ, ਇਹ ਤਨ ਤੇਰਾ ਐਂ ਜਲ ਜਾਣਾ, ਇਹ ਤਨ ਤੇਰਾ ਐਂ ਜਲ ਜਾਣਾ। ਜਿਉਂ ਕੇਲ ਕਾ ਗੇਲਾ ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਏ ਕਾਲ ਕਾ, ਮੂਰਖ ਮਨਾ ਆਉਣਾ ਏ ਕਾਲ ਕਾ ਵੇਲਾ, ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਏ ਕਾਲ ਕਾ ਵੇਲਾ, ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਏ ਕਾਲ ਕਾ ਵੇਲਾ। ਤਨ ਸੁਆ ਸੁਆ ਹੋ ਜਾਣਾ, ਤਨ ਸੁਆ ਸੁਆ ਹੋ ਜਾਣਾ, ਤਨ ਸੁਆ ਸੁਆ ਹੋ ਜਾਣਾ, ਤਨ ਸੁਆ ਸੁਆ ਵਾ। ਜਿਉਂ ਫਿਰਦਾ ਏ ਨਵਾਂ ਨਵੇਲਾ, ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਏ ਕਾਲ ਕਾ ਵੇਲਾ, ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਏ ਕਾਲ ਕਾ ਵੇਲਾ, ਸਮਝ ਲੈ ਮੂਰਖ ਮਨਾ। ਗੁਰੂ ਜੀ ਦੀ ਸਾਧ ਸੰਗਤ, ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਿਵੇਂ ਕਾਰੂ ਬਾਦਸ਼ਾਹ ਨੇ ਚਾਲੀ ਗੰਜ ਮਾਇਆ ਦੇ ਜੋੜੇ ਸੀ ਅਤੇ ਕੰਮ ਹੀ ਇੱਦਾਂ ਦਾ ਕਰ ਦਿੱਤਾ ਜਿਹੜਾ ਕਿਸੇ ਨੂੰ ਵੀ ਪਾਉਂਦਾ ਨਹੀਂ ਸੀ। ਜਿਸ ਪਬਲਿਕ ਤੋਂ, ਜਿਸ ਜਨਤਾ ਤੋਂ ਪੈਸਾ ਇਕੱਠਾ ਕੀਤਾ, ਚਾਲੀ ਗੰਜ ਜੋੜ ਲਏ, ਉਸ ਤੋਂ ਬਾਅਦ ਪਤਾ ਲੱਗਾ ਕਹਿੰਦਾ ਮੈਂ ਆਪਣੀ ਧੀ ਦਾ ਡੋਲਾ ਉਸਨੂੰ ਦਿਆਂਗਾ ਜਿਹੜਾ ਮੈਨੂੰ ਇੱਕ ਟਕਾ ਲਿਆ ਕੇ ਦੇਵੇਗਾ। ਇੱਕ ਲੜਕਾ ਗਿਆ, ਗਰੀਬ ਸੀ, ਉਸਨੇ ਆਪਣੀ ਮਾਂ ਨੂੰ ਜਾ ਕੇ ਪੁਕਾਰਿਆ, ਮਾਂ ਕਾਰੂ ਬਾਦਸ਼ਾਹ ਨੇ ਡੰਡੋਰੀ ਪਿੱਟੀ ਹੈ ਕਿ ਮੈਂ ਉਸਨੂੰ ਆਪਣੀ ਲੜਕੀ ਦਾ ਡੋਲਾ ਦਿਆਂਗਾ ਜਿਹੜਾ ਮੈਨੂੰ ਇੱਕ ਟਕਾ ਲਿਆ ਕੇ ਦੇਵੇ। ਮਾਂ ਦੇ ਜਾ ਕੇ ਪੇਸ਼ ਪੈ ਗਿਆ, ਮਾਤਾ ਮੈਨੂੰ ਇੱਕ ਟਕਾ ਦੇ, ਮੈਂ ਰਾਜੇ ਕਾਰੂ ਬਾਦਸ਼ਾਹ ਦੀ ਲੜਕੀ ਵਿਆਹ ਕੇ ਲਿਆਉਣੀ ਹੈ। ਜਦ ਕਾਰੂ ਬਾਦਸ਼ਾਹ ਜਿਹੜਾ ਸੀ ਉਸਨੇ ਡੰਡੋਰੀ ਪਿੱਟੀ, ਉਸ ਲੜਕੇ ਨੇ ਆਪਣੀ ਮਾਂ ਨੂੰ ਜਾ ਕੇ ਮਜਬੂਰ ਕੀਤਾ, ਕਹਿੰਦੀ ਪੁੱਤਰ ਤੈਨੂੰ ਮੈਂ ਮਾਇਆ ਕਿੱਥੋਂ ਦੇ ਦਿਆਂ, ਮਾਇਆ ਤਾਂ ਸਾਰੀ ਕਾਰੂ ਬਾਦਸ਼ਾਹ ਨੇ ਇਕੱਠੀ ਕਰ ਲਈ ਹੈ, ਮੈਂ ਹੁਣ ਤੈਨੂੰ ਕਿੱਥੋਂ ਦੇ ਦਿਆਂ। ਨਹੀਂ ਮਾਂ ਕਿਤੋਂ ਵੀ ਕਰ, ਇੱਕ ਟਕਾ ਮੈਨੂੰ ਲਿਆ ਕੇ ਦੇ, ਮੈਂ ਕਾਰੂ ਬਾਦਸ਼ਾਹ ਦੀ ਲੜਕੀ ਨਾਲ ਵਿਆਹ ਕਰਾਉਣਾ ਹੈ। ਕਿਉਂਕਿ ਕਾਰੂ ਬਾਦਸ਼ਾਹ ਨੇ ਡੰਡੋਰੀ ਪਿੱਟੀ ਹੈ ਕਿ ਕੋਈ ਵੀ ਟਕਾ ਲਿਆ ਕੇ ਮੈਨੂੰ ਦੇਵੇ, ਮੈਂ ਉਸਨੂੰ ਆਪਣੀ ਲੜਕੀ ਦਾ ਡੋਲਾ ਦੇਵਾਂਗਾ। ਉਹ ਤਾਂ ਇੱਕ ਉਸਦਾ ਫਰੇਬ ਸੀ, ਲੇਕਿਨ ਉਸਨੇ ਜਦ ਕਹਿੰਦੀ ਪੁੱਤਰ
ਜਦ ਮੈਂ ਤੇਰੇ ਅੱਬਾ ਨੂੰ ਕਹਿੰਦੇ ਬਾਪ ਨੂੰ ਅੱਬਾ ਕਹਿੰਦੇ ਨੇ ਮੁਸਲਮਾਨੀ ਧਰਮ ਦੇ ਵਿੱਚ, ਕਹਿੰਦੀ ਪੁੱਤਰ ਜਦ ਮੈਂ ਤੇਰੇ ਬਾਪ ਨੂੰ ਦਫਨਾਇਆ ਸੀ ਮਿੱਟੀ 'ਚ, ਉਦੋਂ ਉਸਦੇ ਮੁੱਖ ਵਿੱਚ ਮੂੰਹ ਵਿੱਚ ਟਕਾ ਪਾ ਕੇ ਇੱਕ ਦਬਾਇਆ ਸੀ ਮਿੱਟੀ 'ਚ, ਉਸਦੇ ਮੂੰਹ 'ਚੋਂ ਤੈਨੂੰ ਟਕਾ ਮਿਲ ਸਕਦਾ ਏ, ਹੋਰ ਤੈਨੂੰ ਕਿਤੇ ਵੀ ਟਕਾ ਨਹੀਂ ਮਿਲਣਾ। ਜਿਹੜਾ ਲੜਕਾ ਸੀ ਉਸ ਨੌਜਵਾਨ, ਉਸਨੇ ਨੱਠਾ ਨੱਠਾ ਗਿਆ ਆਪਣੇ ਬਾਪ ਦੀ ਕਬਰ ਪੱਟ ਕੇ, ਇੱਕ ਟਕਾ ਜਿਹੜਾ ਸੀ ਮੁੱਖ 'ਚੋਂ ਕੱਢ ਕੇ ਕਾਰੂ ਬਾਦਸ਼ਾਹ ਦੇ ਮਹਿਲਾਂ 'ਚ ਪਹੁੰਚ ਗਿਆ। ਜਦ ਕਾਰੂ ਬਾਦਸ਼ਾਹ ਦੇ ਮਹਿਲਾਂ 'ਚ ਪਹੁੰਚਿਆ, ਕਹਿੰਦਾ ਬਾਦਸ਼ਾਹ ਜੀ ਤੁਸੀਂ ਡੰਡੋਰੀ ਪਿੱਟੀ ਸੀ ਕਿ ਜਿਹੜਾ ਇੱਕ ਟਕਾ ਲੈ ਕੇ ਆਵੇਗਾ ਮੈਂ ਉਸਨੂੰ ਆਪਣੀ ਲੜਕੀ ਦਾ ਡੋਲਾ ਦੇਵਾਂਗਾ, ਆਹ ਫੜ ਟਕਾ ਅਤੇ ਮੈਨੂੰ ਆਪਣੀ ਲੜਕੀ ਦਾ ਡੋਲਾ ਮੇਰੇ ਅੱਗੇ ਤੋਰ। ਜਦ ਕਾਰੂ ਬਾਦਸ਼ਾਹ ਨੂੰ ਪਤਾ ਲੱਗਾ ਕਿ ਪੁੱਤਰ ਇਹ ਤੂੰ ਟਕਾ ਕਿੱਥੋਂ ਲੈ ਕੇ ਆਇਆ ਹੈ, ਉਸਨੇ ਸੱਚ ਦੱਸਿਆ, ਮਹਾਰਾਜ ਬਾਦਸ਼ਾਹ ਜੀ ਮੇਰੀ ਮਾਂ ਨੇ ਮੈਨੂੰ ਦੱਸਿਆ ਸੀ ਕਿ ਇੱਕ ਟਕਾ ਤੇਰੇ ਬਾਪ ਦੇ ਅੱਬਾ ਦੇ ਮੁੱਖ ਦੇ ਵਿੱਚ, ਮੁਰਦਾ ਜਦ ਦੱਬਦੇ ਨੇ ਤਾਂ ਉਸਦੇ ਮੁੱਖ ਦੇ ਵਿੱਚ ਇੱਕ ਟਕਾ ਪਾ ਕੇ ਦੱਬਿਆ ਜਾਂਦਾ ਹੈ, ਉੱਥੋਂ ਤੈਨੂੰ ਮਿਲ ਸਕਦਾ ਹੈ। ਹੋਰ ਕੋਈ ਵੀ ਕਾਰੋਬਾਰਸ਼ਾਹ ਨੇ ਪੈਸਾ ਨਹੀਂ ਕਿਤੇ ਟਕਾ ਛੱਡਿਆ, ਮੈਂ ਉੱਥੋਂ ਹੀ ਆਪਣੇ ਅੱਬਾ ਦੀ ਕਬਰ ਪੁੱਟ ਕੇ ਉਸਦੇ ਮੁੱਖ 'ਚੋਂ ਇੱਕ ਟਕਾ ਲੈ ਕੇ ਆਇਆ ਹਾਂ। ਕਾਰੂ ਬਾਦਸ਼ਾਹ ਜਿਹੜਾ ਸੀ ਉਸਦੇ ਹੋਸ਼ ਉੱਡ ਗਏ, ਕਹਿੰਦਾ ਮੈਂ ਤਾਂ ਸੋਚਿਆ ਸੀ ਕਿ ਮੈਂ ਸਾਰੀ ਦੁਨੀਆ ਦੀ ਧਨ ਇਕੱਠਾ ਕਰ ਲਿਆ ਏ, 40 ਗੰਜ ਜੋੜ ਲਏ ਨੇ, ਪਰ ਕਹਿੰਦਾ ਇਹ ਤਾਂ ਹਜੇ ਇੱਥੇ ਪੈਸਾ ਬਹੁਤ ਹੈ। ਕਹਿੰਦਾ ਪਤਾ ਨਹੀਂ ਕਿਤਨੀਆਂ ਕੁ ਮੁਸਲਮਾਨਾਂ ਦੀਆਂ ਕਬਰਾਂ ਨੇ, ਕਿਤਨੇ ਕੁ ਟਕੇ ਦੱਬੇ ਹੋਏ ਨੇ ਮੁੱਖਾਂ ਵਿੱਚ। ਕਹਿੰਦਾ ਉਸਨੇ ਜੀ ਕੀਤਾ, ਹੁਕਮ ਦਿੱਤਾ, ਕਹਿੰਦੇ ਜਾਓ ਜਿਤਨੀਆਂ ਕਬਰਾਂ ਨੇ ਸਾਰੀਆਂ ਪੁੱਟ ਕੇ ਸਾਰੀਆਂ ਵਿੱਚੋਂ ਟਕਾ ਟਕਾ ਕੱਢ ਕੇ, ਕਹਿੰਦੇ ਇੱਕ ਗੰਜ ਜੋੜਿਆ ਸੀ, ਉਸ 'ਤੇ 41 ਗੰਜ ਜੋੜਿਆ ਸੀ। ਕਾਰੂ ਬਾਦਸ਼ਾਹ ਜਿਹੜਾ ਸੀ ਉਸਨੇ ਜਾ ਕੇ ਜਦ ਦੇਖਿਆ, ਮਾਇਆ ਇਕੱਠੀ ਕਰ ਲਈ, ਮਾਇਆ ਦੇ ਸੁਪਨੇ ਲੈਂਦਾ ਹੈ, ਪਰ ਇਹ ਕਰਮ ਕਦੀ ਕਿਸੇ ਰਾਜੇ ਨੇ ਨਹੀਂ ਕੀਤਾ ਸੀ ਜਿਹੜਾ ਕਾਰੂ ਬਾਦਸ਼ਾਹ ਨੇ ਕੀਤਾ। ਪਤਾ ਲੱਗਦਾ ਲੱਗਦਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪਤਾ ਲੱਗਾ ਇਹ ਤਾਂ ਰਾਜੇ ਨੇ ਬੜਾ ਜ਼ੁਲਮ ਕੀਤਾ ਹੈ, ਐਸਾ ਕਰਮ ਕਦੀ ਕਿਸੇ ਨੇ ਨਹੀਂ ਕੀਤਾ। ਕਿਆ ਜਿਹੜੀ ਇਸਨੇ ਮਾਇਆ ਇਕੱਠੀ ਕੀਤੀ ਹੈ, ਜਿੱਥੇ ਨੂੰ ਇਹ ਲੈ ਕੇ ਜਾਵੇਗਾ ਕਿਆ ਉੱਥੇ ਮਾਇਆ ਚਲੇਗੀ? ਇਹ ਇੱਥੇ ਦੀ ਮਾਇਆ ਇੱਥੇ ਹੀ ਚੱਲਦੀ ਹੈ, ਪਰ ਇਹ ਉੱਥੇ ਨਹੀਂ ਚਲੇਗੀ, ਕਿਉਂਕਿ ਕਾਰੂ ਬਾਦਸ਼ਾਹ ਨੂੰ ਗਿਆਨ ਕੋਈ ਨਹੀਂ। ਉਸ ਵੇਲੇ ਸਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਿਰ ਸਾਰ ਦੀ ਛੋਟੀ ਜਿਹੀ ਸੂਈ ਲੈ ਕੇ ਚੱਲੇ ਸੀ, ਕਾਰੂ ਬਾਦਸ਼ਾਹ ਦੇ ਮਹਿਲਾਂ 'ਚ ਪਹੁੰਚੇ। ਜਦ ਕਾਰੂ ਬਾਦਸ਼ਾਹ ਦੇ ਮਹਿਲਾਂ 'ਚ ਪਹੁੰਚ ਕੇ ਕਹਿੰਦੇ ਬਾਦਸ਼ਾਹ ਤੂੰ ਤਾਂ ਬੜਾ ਧਨੀ ਹੈ, ਤੂੰ ਤਾਂ ਬੜਾ ਮਹਾਨ ਹੈ, ਕਿਉਂਕਿ 41 ਗੰਜ ਜੋੜੇ ਨੇ, ਮੁਰਦਿਆਂ ਦੇ ਮੁੱਖ ਤੋਂ ਵੀ ਇੱਕ ਟਕਾ ਕੱਢ ਕੇ 41ਵਾਂ ਗੰਜ ਜੋੜ ਲਿਆ ਹੈ, ਤੂੰ ਤਾਂ ਬੜਾ ਮਹਾਨ ਹੈ। ਇਸ ਤਰ੍ਹਾਂ ਕਾ ਰਾਜੇ ਨਾਲ ਮੁਲਾਕਾਤ ਹੋਈ ਕਾਰੂ ਬਾਦਸ਼ਾਹ ਦੇ ਨਾਲ, ਗੁਰੂ ਨਾਨਕ ਜੀ ਦੀ। ਰਾਜੇ ਨੂੰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ, ਕਹਿੰਦੇ ਪਾਤਸ਼ਾਹ ਕਾਰੂ ਬਾਦਸ਼ਾਹ ਆ ਤੂੰ ਤਾਂ ਬੜਾ ਮਹਾਨ ਹੈ, ਜਿਸ ਨੇ ਇਤਨੇ ਮਾਇਆ ਦੇ ਗੰਜ ਸਾਥ ਲੈ ਕੇ ਜਾਣੇ ਹੈ, ਜਦ ਜਾਵੇਂਗਾ ਫਿਰ ਇਸ ਤਰ੍ਹਾਂ ਕਰੀਂ, ਅਸੀਂ ਤੈਨੂੰ ਜਿੱਥੇ ਇਹ ਮਾਇਆ ਲੈ ਕੇ ਤੂੰ ਜਾਵੇਂਗਾ ਉੱਥੇ ਅਸੀਂ ਤੈਨੂੰ ਮਿਲਾਂਗੇ, ਪਰ ਤੈਂ ਪਹਿਲੇ ਚਲੇ ਜਾਣਾ, ਅਸੀਂ ਤੇ ਤੋਂ ਬਾਅਦ 'ਚ ਆਉਣਾ ਹੈ। ਆਹ ਸਾਡੀ ਇੱਕ ਇਮਾਨਤ ਸਾਂਭ ਕੇ ਰੱਖੀ, ਸਾਡੀ ਇਮਾਨਤ ਲੈ ਜਾ ਸਾਥ, ਅਸੀਂ ਤੇ ਤੋਂ ਜਿੱਥੇ ਤੂੰ ਸ਼ਹਿਰ ਜਾਣਾ ਹੈ ਇਹ ਮਾਇਆ ਲੈ ਕੇ ਅਸੀਂ ਉੱਥੇ ਤੈਨੂੰ ਮਿਲਾਂਗੇ। ਆ ਇੱਕ ਛੋਟੀ ਜਿਹੀ ਸੂਈ ਸਾਡੀ ਸਾਰ ਦੀ ਸੰਭਾਲ ਕੇ ਰੱਖੀ, ਅਸੀਂ ਤੇ ਤੋਂ ਅੱਗੇ ਜਾ ਕੇ ਲਵਾਂਗੇ। ਜੋ ਬੋਲੇ ਸੋ ਨਿਰਵੈ ਸਤਿਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ। ਬਸ ਸੂਈ ਗੁਰੂ ਦੇ ਆਏ, ਜਦ ਸੂਈ ਹੱਥ ਵਿੱਚ ਫੜ ਲਈ, ਹੁਣ ਛੋਟੀ ਜਿਹੀ ਸਾਰ ਦੀ ਸੂਈ, ਕਾਰੂ ਬਾਦਸ਼ਾਹ ਜਿਹੜਾ ਸੀ ਚਿੱਤ ਸੂਈ ਵਿੱਚ ਚਲਾ ਗਿਆ, ਕਹਿੰਦਾ ਮੈਂ ਕਿਸ ਤਰ੍ਹਾਂ ਸੰਭਾਲਾਂਗਾ, ਛੋਟੀ ਜਿਹੀ ਸੂਈ ਨੂੰ ਬੜਾ ਸੰਭਾਲਣਾ ਔਖਾ ਹੋ ਗਿਆ, ਇਹਨੂੰ ਮੈਂ ਅੱਗੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਕਹਿੰਦੇ ਨੇ ਕਿ ਜਦ ਤੂੰ ਅੱਗੇ ਜਾਵੇਂਗਾ
ਤਾਂ ਅਸੀਂ ਤੇ ਤੋਂ ਉੱਥੇ ਲਵਾਂਗੇ। ਬੜਾ ਹੈਰਾਨ ਹੋਇਆ ਕਿ ਮੈਂ ਸੋਈ ਅੱਗੇ ਕਿੱਦਾਂ ਲੈ ਕੇ ਜਾਵਾਂਗਾ। ਕਹਿੰਦੇ ਸੋਈ ਤੋਂ ਗਿਆਨ ਹੋਇਆ ਸੀ, ਨਾ ਚੱਲੀ ਨਾਲਾਂ ਨੂੰ। ਜਦ ਸੂਈ ਤੋਂ ਗਿਆਨ ਹੋ ਗਿਆ, ਕਹਿੰਦਾ ਯਾਰ ਮੈਂ ਸੂਈ ਕਿਸ ਤਰ੍ਹਾਂ ਲੈ ਕੇ ਜਾਵਾਂਗਾ, ਕਿਸ ਤਰ੍ਹਾਂ ਸੰਭਾਲ ਕੇ ਇਮਾਨਤ ਰੱਖਾਂਗਾ, ਕਦ ਗੁਰੂ ਨਾਨਕ ਜੀ ਆਉਣਗੇ, ਕਦ ਮੈਂ ਇਹ ਸੂਈ ਉਹਨਾਂ ਨੂੰ ਸੌਂਪਾਂਗਾ, ਇਹ ਤਾਂ ਮੈਂ ਜਿੰਦ ਨੂੰ ਇਹਨੂੰ ਫਾਹੇ 'ਚ ਪਾ ਲਿਆ ਏ, ਪਰ ਮੈਂ ਕਿਸ ਤਰ੍ਹਾਂ ਛੋਟੀ ਜਿਹੇ ਸਾਰ ਦੀ ਸੂਈ ਸੰਭਾਲ ਕੇ ਰੱਖਾਂਗਾ। ਜਦ ਵਾਪਸ ਭੇਜੀ ਮਹਾਰਾਜ, ਮੈਂ ਸੂਈ ਸੰਭਾਲ ਕੇ ਨਹੀਂ ਰੱਖ ਸਕਦਾ। ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਦੇਵ, ਕਾਰੂ ਪਾਤਸ਼ਾਹ, ਤੂੰ ਇੱਕ ਛੋਟੀ ਜਿਹੀ ਸੂਈ ਸਾਰਦੀ ਨੇ ਸੰਭਾਲ ਕੇ ਲੈ ਕੇ ਜਾ ਸਕਦਾ ਗੇ, ਅਤੇ ਹਕਤਾਰੀ ਗੰਜ ਤੂੰ ਕਿੱਦਾਂ ਲੈ ਕੇ ਜਾਵੇਂਗਾ। ਕਹਿੰਦੇ ਸੂਈ ਤੋਂ ਗਿਆਨ ਹੋਇਆ ਸੀ, ਤਾਂ ਜਾ ਕੇ ਸਾਹਿਬ ਜੀ ਲਿਖਦੇ ਨੇ ਉਹ ਮਾਇਆ ਜਿਹੜੀ ਜੋੜੀ ਹੋਈ ਸੀ ਭਰਮ ਦੇ ਵਿੱਚ, ਭੁਲੇਖੇ ਵਿੱਚ, ਕਿਉਂਕਿ ਅਗਿਆਨਤਾ ਵਿੱਚ ਹੰਕਾਰ ਹੋ ਗਿਆ ਸੀ ਕਾਰੂ ਪਾਤਸ਼ਾਹ ਨੂੰ, ਤਾਂ ਜਾ ਕੇ ਜਿਹੜੀ ਮਾਇਆ ਸੀ ਦੁਬਾਰਾ ਗਿਆਨ ਹੋਣ ਦੇ ਨਾਲ ਨਾਲ ਗੁਰੂ ਜੀ ਦੀ ਕਿਰਪਾ ਗੁਰੂ ਨਾਨਕ ਮਹਾਰਾਜ ਦੀ ਹੋਈ, ਉਹ ਜਿਹੜੀ ਸੂਈ ਸੀ ਸਾਰ ਦੀ ਕਹਿੰਦੇ ਵਾਪਸ ਕੀਤੀ। ਕਹਿੰਦੇ ਪਾਤਸ਼ਾਹ ਇਹ ਧਨ ਇੱਥੇ ਦਾ ਇੱਥੇ ਹੀ ਚੱਲਦਾ ਹੈ, ਇਹ ਉੱਥੇ ਨਹੀਂ ਚੱਲਦਾ, ਉੱਥੇ ਦਾ ਧਨ ਇੱਕ ਨਾਮ ਦਾ ਹੀ ਚੱਲਦਾ ਹੈ। ਪਰ ਨਾਮ ਤੂੰ ਜਪਿਆ ਨਹੀਂ, ਜੇ ਤੂੰ ਚੰਗੀ ਚਾਹੁੰਦਾ ਹੈ ਤਾਂ ਹਾਲੇ ਵੀ ਇਸ ਨੂੰ ਮੋਹ ਨੂੰ ਤਿਆਗ ਕੇ ਮਾਇਆ ਨੂੰ, ਮਾਇਆ ਛਾਇਆ ਰੱਬ ਦੀ, ਇਹ ਜਾਣ ਲੱਗਿਆ ਕਿਸੇ ਦੇ ਪੱਲੇ ਨਹੀਂ ਵੱਜਦੀ, ਤੂੰ ਤਾਂ ਘੜੀ ਨਿਕਾਲ ਅੱਜ ਦੀ ਕੱਲ੍ਹ ਖੜੇ ਕਾਲ ਕੇ ਵਾਣ, ਈਸ਼ਰ ਅਰਦਾਸਾ ਰੱਖ ਲੈ ਤਿਆਰੀ, ਸਾਰਿਆਂ ਨੇ ਜਾਣਾ ਬਾਰੋ ਬਾਰੀ, ਇਹ ਛੱਡਣਾ ਮੇਲਾ ਭਾਰੀ ਕਾਹਦਾ ਕਰਦਾ ਮਾਣ, ਤੂੰ ਤੇ ਅਗਿਆਨੀ ਹੈ ਜਿਸ ਨੂੰ ਪਤਾ ਨਹੀਂ ਕਿ ਇਤਨੀ ਮਾਇਆ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂਗਾ, ਤੂੰ ਤੇ ਸਾਰ ਦੀ ਸੂਈ ਵੀ ਨਹੀਂ ਸੰਭਾਲ ਸਕਿਆ। ਇਸ ਕਰਕੇ ਜਦ ਉਸਨੂੰ ਹੋਸ਼ ਆਈ ਕਾਰੂ ਪਾਤਸ਼ਾਹ ਨੂੰ ਜਿਹੜੀ ਮਾਇਆ ਸੀ, ਜਦ ਗਿਆਨ ਹੋਇਆ ਗੁਰੂ ਤੋਂ, ਤੇ ਉਸਨੇ ਸਾਰੀ ਜਿਹੜੀ ਮਾਇਆ ਸੀ ਮੁੜ ਕੇ ਉਸੇ ਤਰ੍ਹਾਂ ਸੰਗਤ ਵਿੱਚ ਬੰਨ ਦਿੱਤੀ ਸੀ। ਤਾਂ ਸਾਹਿਬ ਜੀ ਕਹਿੰਦੇ ਨੇ ਮੂਰਖ ਮਨਾ ਆਉਣਾ ਹੀ ਕਾਲ ਕਾ ਵੇਲਾ ਸੁਮਤ, ਮੂਰਖ ਮਨਾ ਆਉਣਾ ਹੀ ਕਾਲ ਕਾ ਵੇਲਾ ਸਮਝ ਲੈ ਮੂਰਖ ਮਨਾ, ਈਸ਼ਰ ਦਾ ਸਾਰ ਹੀ ਤਿਆਰ ਤੂੰ, ਈਸ਼ਰ ਦਾ ਰਹੇ ਤਿਆਰ ਤੂੰ, ਈਸ਼ਰ ਦਾ ਸਾਰ ਹੀ ਤਿਆਰ, ਇਹ ਤਲਣਾ ਨਹੀਂ ਬੇਲਾ ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਹੀ ਕਾਲ ਕਾ ਵੇਲਾ ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਹੀ ਕਾਲ ਕਾ ਵੇਲਾ ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਹੀ ਕਾਲ ਕਾ ਵੇਲਾ, ਭਵਾਨ ਮਲਾਵਾ ਵੇਖ ਕੇ, ਭਵਾਨ ਮਲਾਵਾ ਵੇਖ ਕੇ, ਭੈ ਕਬੀਰਾ ਰੋਏ ਭਵਾਨ ਮਲਾਵਾ ਵੇਖ ਕੇ, ਭੈ ਕਬੀਰਾ ਸੁਖ ਸੀ ਸਤਸੰਗ ਮੇ, ਸੋ ਵਿਕੁੰਠ ਨਾ ਹੋਏ, ਸੋ ਵਿਕੁੰਠ ਨਾ ਹੋਏ, ਮੂਰਖ ਮਨਾ ਆਉਣਾ ਹੈ ਕਾਲ ਕਾ ਵੇਲਾ ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਹੈ ਕਾਲ ਕਾ ਵੇਲਾ ਸਮਝ ਲੈ ਮੂਰਖ ਮਨਾ, ਮੂਰਖ ਮਨਾ ਆਉਣਾ ਹੈ ਕਾਲ ਕਾ ਵੇਲਾ ਸਮਝ ਲੈ ਮੂਰਖ, ਕਾਲ ਕਾ ਵੇਲਾ ਸਮਝ ਲੈ ਮੂਰਖ ਮਨਾ, ਸਮਝ ਲੈ ਮੂਰਖ ਮਨਾ, ਸਮਝ ਲੈ ਮੂਰਖ ਮਨਾ।